ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਜੈਮੈਨ ਵਲੋਗ 'ਤੇ ਸਵਾਗਤ ਹੈ ਜੀ। ਅੱਜ ਅਸੀਂ ਰਾਜਸਥਾਨ ਆਏ ਹੋਏ ਹਾਂ ਗੁੱਗਾ ਮਾੜੀ ਦਾ ਮੱਥਾ ਟੇਕਣ, ਠੀਕ ਹੈ ਜੀ। ਮੇਰੇ ਨਾਲ ਮੇਰੇ ਬਾਪੂ ਸ਼੍ਰੀ ਜੀ, ਦੋ ਉਹ ਪਹਿਲੀ ਬੰਦੇ ਨਾਲ ਆ ਦੇਖੋ ਜੀ, ਇਹ ਨਾ ਮਿਲਾਉਂਦੇ ਹਾਂ। ਇਹ ਜਿੰਮ ਟ੍ਰੇਨਰ ਆ, ਠੀਕ ਹੈ ਜੀ। ਇਹ ਜਿੰਮ ਟ੍ਰੇਨਰ ਦੇ ਨਾਲ ਕੌਣ ਹੈ? ਇਹਦਾ ਬ੍ਰਦਰ ਹੈ, ਠੀਕ ਹੈ ਜੀ। ਇਹਨਾਂ ਨਾਲ ਆਪਾਂ ਆਏ ਹਾਂ, ਬੰਦਿਆਂ ਨੇ ਪੂਰੀਆਂ ਰੌਣਕਾਂ ਲਾ ਕੇ ਰੱਖੀਆਂ, ਬੋਰ ਨਹੀਂ ਹੋਣ ਦਿੱਤਾ ਰਸਤੇ 'ਚ, ਗਾਣੇ ਦੀ ਵੀ ਜ਼ਰੂਰਤ ਨਹੀਂ ਪਈ, ਹਾਸਾ ਮਜ਼ਾਕ ਪੂਰਾ ਚੱਲਿਆ, ਠੀਕ ਨਹੀਂ? ਬਿਲਕੁਲ ਬਿਲਕੁਲ, ਠੀਕ ਹੈ ਜੀ। ਹੁਣ ਅਸੀਂ ਗੁੱਗਾ ਮਾੜੀ ਜੀ ਦੇ ਮੱਥਾ ਟੇਕਣ ਜਾ ਰਹੇ ਤੇ ਉੱਥੇ ਵੀਡੀਓ ਬਣਾਉਣ ਦੇ ਤੀ ਤਾਂ ਦਿਖਾਵਾਂਗੇ, ਠੀਕ ਹੈ ਜੀ। ਦੇਖੋ, ਹਾਂਜੀ ਮਿੱਤਰੋ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ? ਮੈਂ ਤੁਹਾਡਾ ਆਪਣਾ ਜੱਸੀ ਫਟਾਫਟ ਪ੍ਰੋਪਰਟੀ ਡੀਲਰ। ਅੱਜ ਮੈਂ ਕਿਹਾ ਚੱਲ ਮੁੰਡੇ ਨੂੰ ਘੁਮਾ ਲਿਆਉਂਦੇ ਹਾਂ, ਵੀ 31 ਦਸੰਬਰ ਹੈ, ਨਵਾਂ ਸਾਲ ਚੜ੍ਹਨਾ, ਲੋਕ ਕੋਈ ਸ਼ਿਮਲੇ ਜਾਂਦਾ, ਕੋਈ ਕਿਤੇ ਜਾਂਦਾ। ਅਸੀਂ ਕਿਹਾ ਵੀ ਗੁੱਗਾ ਮਾੜੀ ਦੇ ਬਾਗੜ ਮੱਥਾ ਟੇਕ ਕੇ ਆਈਏ। ਬਾਗੜ ਆਏ ਹੋਏ ਤੇ ਗੋਰਖ ਟਿੱਲਾ, ਠੀਕ ਹੈ, ਗੋਰਖ ਟਿੱਲਾ ਕਿਆ ਜੀ, ਗੋਰਖ ਟਿੱਲੇ ਤੇ ਗੁੱਗਾ ਮਾੜੀ ਦੋਨੋਂ ਜਗ੍ਹਾ ਮੱਥਾ ਟੇਕਣਾ। ਇਹ ਹੈਗਾ ਪਹਿਲੀ ਬੰਦੇ ਜੀ, ਠੀਕ ਹੈ। ਉਹ ਦੇਖੋ ਪਹਿਲੀ ਬੰਦਾ ਤੁਰਦਾ ਜਾਂਦਾ, ਸ਼ਰਮਾ ਗਿਆ ਜੀ। ਹੁਣ ਅਸੀਂ ਗੁੱਗਾ ਮਾੜੀ ਜੀ ਦੇ ਮੱਥਾ ਟੇਕਣ ਜਾ ਰਹੇ, ਉੱਥੇ ਤੁਹਾਨੂੰ ਦਿਖਾਉਂਦੇ ਹਾਂ। ਮੇਲਾ ਭਰਦਾ ਉਰੇ, ਹੈ ਨਾ ਵੀਰੇ? ਮੇਲਾ ਹੀ ਭਰਦਾ 2 ਦਿਨ ਦਾ? ਕਿੰਨੇ ਦਿਨ ਦਾ ਮੇਲਾ ਭਰਦਾ? ਇੱਥੇ 31 ਦਸੰਬਰ 30-31 ਤੇ ਨਵੇਂ ਸਾਲ ਦਾ ਮੇਲਾ ਭਰਦਾ, ਜਾਂ ਨਰਾਤਿਆਂ ਦਾ ਮੇਲਾ ਭਰਦਾ ਉਰੇ ਬਹੁਤ ਜ਼ਿਆਦਾ। ਪੀਰਾਂ ਦੀ ਬਹੁਤ ਮਾਨਤਾ, ਲੋਕਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ, ਆਉਂਦੇ ਨੇ ਉਰੇ ਮੱਥਾ ਟੇਕਣ, ਠੀਕ ਹੈ ਜੀ। ਹੁਣ ਤੁਹਾਨੂੰ ਅੱਗੇ ਅਸੀਂ ਹੁਣ ਗੁੱਗਾ ਮਾੜੀ ਜਾ ਰਹੇ ਹਾਂ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਹੁਣ ਗੁੱਗਾ ਮਾੜੀ ਜਾ ਕੇ ਤੁਹਾਨੂੰ ਦੱਸਦੇ ਹਾਂ।
ਰਾਜਸਥਾਨ ਆਇਆ ਗੁੱਗਾ ਮਾੜੀ ਜੀ ਨੇ, ਠੀਕ ਹੈ ਜੀ। ਸਾਰਿਆਂ ਨੇ ਮੱਥਾ ਟੇਕਣਾ, ਇੱਕ ਵਾਰੀ ਜ਼ਰੂਰ ਆਓ ਉਰੇ। ਸਾਰਿਆਂ ਦੀ ਇੱਛਾ ਪੂਰੀ ਹੁੰਦੀ ਹੈ, ਰਾਜਸਥਾਨ ਸਪੈਸ਼ਲ ਮੱਥਾ ਟੇਕਣ ਲਈ ਆਇਆ। 31 ਅਤੇ 1 ਤਰੀਕ ਨੂੰ ਉਰੇ ਬਹੁਤ ਹੀ ਜ਼ਿਆਦਾ ਭੀੜ ਹੁੰਦੀ, ਠੀਕ ਹੈ ਜੀ। ਆ ਲਿਖ ਲਓ, ਬਹੁਤ ਹੀ ਮਨ ਲੱਗਦਾ ਉਰੇ। ਖੰਨੇ ਤੋਂ ਰਾਜਸਥਾਨ ਆਉਣਾ, ਬਾਬਾ ਜੀ ਨੇ ਬੁਲਾਇਆ ਤਾਂ ਆਉਣਾ ਤਾਂ ਪੈਣਾ ਹੀ ਆ ਜੀ। ਅਤੇ 7 ਵੱਜ ਚੁੱਕਿਆ, ਹੁਣ ਅਸੀਂ ਜਾ ਰਹੇ ਹਾਂ ਆਪਣੇ ਹੋਟਲ ਬੁੱਕ ਕੀਤਾ ਹੋਇਆ, ਉਹ ਵੀ ਦਿਖਾਉਂਦੇ ਹਾਂ। 1000 ਰੁਪਏ ਦੀ ਬੁਕਿੰਗ, ਠੀਕ ਹੈ ਜੀ। 4 ਜਣੇ ਉੱਥੇ ਆਰਾਮ ਨਾਲ ਪੈ ਸਕਦੇ ਆ। ਆ ਦੇਖੋ ਬਾਪੂ ਜੀ, ਠੀਕ ਹੈ, ਹੁਣ ਨਾਲ ਚੱਲਦੇ ਹੋਟਲ ਦਿਖਾਉਂਦੇ ਹਾਂ। ਹੋਟਲ ਦੇ ਵਿੱਚ ਐਂਟਰ ਹੋ ਚੁੱਕੇ ਹਾਂ, ਠੀਕ ਹੈ ਜੀ। ਰੂਮ ਦਿਖਾਉਂਦੇ ਤੁਹਾਨੂੰ, ਹੋਟਲ ਬਹੁਤ ਹੀ ਵਧੀਆ ਬਣਿਆ। 1000 ਰੁਪਏ ਲਿੱਤਾ ਸਾਡੇ ਤੋਂ ਜੀ, 4 ਜਣੇ ਦਾ, ਮਤਲਬ ਅਸੀਂ 4 ਜਣੇ ਹਾਂ, 1000 ਰੁਪਇਆ ਟੋਟਲ। ਗੀਜ਼ਰ ਲੱਗਿਆ ਹੋਇਆ, ਏਸੀ ਲੱਗਿਆ, ਠੰਡ 'ਚ ਏਸੀ ਕਿਹੜਾ ਚਲਾਉਂਦਾ। 6 ਨੰਬਰ ਰੂਮ ਆ, ਦਿਖਾਉਂਦੇ ਹਾਂ ਹੁਣ ਰੂਮ ਕਿੱਦਾਂ ਦਾ। ਬਹੁਤ ਘੈਂਟ 6 ਨੰਬਰ, ਲੱਗ ਜਾ ਲੱਗ ਗਈ। ਲਓ ਜੀ, ਇਹ ਮਿਲਿਆ 1000 ਰੁਪਏ 'ਚ ਆਪਾਂ ਨੂੰ ਰੂਮ। ਉੱਥੇ 3 ਬੰਦੇ ਅਤੇ 1 ਬੰਦਾ ਆ ਫਲਾਸ਼ ਬਾਥਰੂਮ, ਠੀਕ ਹੈ। ਹੁਣ ਆਪਾਂ ਪੈਣ ਲੱਗੇ ਹਾਂ, ਰਾਤ ਦੇ ਵੱਜਣ ਲੱਗੇ ਨੇ 7:30। ਨੀਂਦ ਬਹੁਤ ਆ ਰਹੀ, ਥਕਾਵਟ ਬਹੁਤ ਆ ਗਈ। ਘੱਟੋ ਘੱਟ 100 ਕਿਲੋਮੀਟਰ ਦਾ ਰਸਤਾ ਖੰਨੇ ਤੋਂ ਰਾਜਸਥਾਨ ਦਾ, ਜਿੱਥੇ ਤੱਕ ਮੈਨੂੰ ਲੱਗਦਾ ਵੱਧ ਹੋਊਗਾ, ਮੈਂ ਆਪਣੇ ਹਿਸਾਬ ਨਾਲ ਲਾਇਆ, ਠੀਕ ਹੈ ਜੀ। ਨੀਂਦ ਬਹੁਤ ਆ ਰਹੀ, ਬਿਮਾਰ ਹੋ ਚੁੱਕੇ ਚੰਗੀ ਤਰ੍ਹਾਂ, ਨੀਂਦ ਆ ਰਹੀ। ਹੁਣ ਤੁਹਾਨੂੰ ਸਵੇਰੇ ਦਿਖਾਵਾਂਗੇ, ਇੱਥੇ ਮੇਲਾ ਲੱਗੂਗਾ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੱਥਾ ਟੇਕਣ, ਤੁਹਾਨੂੰ ਮੇਲਾ ਦਿਖਾਵਾਂਗੇ ਸਵੇਰ ਦਾ। ਮਿੱਤਰੋ, ਸਵੇਰ ਦੇ 8 ਵੱਜ ਚੁੱਕੇ ਨੇ, 6 ਵਜੇ ਦਾ ਟਾਈਮ ਸੀਗਾ, ਹੁਣ ਅਸੀਂ 8 ਵਜੇ ਉੱਠੇ ਹਾਂ, ਠੀਕ ਹੈ ਜੀ। ਬਾਹਰ ਜਾ ਕੇ ਦੱਸਦੇ, ਸਾਡਾ ਦੂਸਰਾ ਦਿਨ ਆ ਰਾਜਸਥਾਨ ਦੇ ਵਿੱਚ। ਹੁਣ ਦੇਖਦੇ ਹਾਂ ਬਾਹਰ ਕਿੰਨਾ ਕੁ ਮੇਲਾ ਲੱਗਾ, ਕਿੰਨਾ ਵੀ ਮੇਲਾ ਹੋਊਗਾ ਤੁਹਾਨੂੰ ਸਾਰਾ ਦਿਖਾਵਾਂਗੇ। ਬਿਮਾਰ ਹੋਣ ਕਰਕੇ ਕੱਲ੍ਹ ਰਾਤ ਅਸੀਂ ਮੈਂ ਬਾਹਰ ਨਹੀਂ ਨਿਕਲ ਸਕਿਆ, ਤੁਹਾਨੂੰ ਅੱਜ ਪੂਰੀ ਸੈਰ ਕਰਾਵਾਂਗੇ, ਠੀਕ ਹੈ ਜੀ। ਰਾਜਸਥਾਨ ਦੀ ਦੇਖਦੇ ਹਾਂ, ਊਂਠ ਨਾਲ ਵੀ ਬੁਲਾਉਂਦਾ, ਊਂਠੀ ਨਾਲ ਵੀ, ਜਿਹਨੇ ਊਂਠ ਨਹੀਂ ਦੇਖੀ ਉਹਨੂੰ ਊਂਠ ਵੀ ਦਿਖਾਉਂਦੇ ਹਾਂ, ਠੀਕ ਹੈ ਜੀ। ਮਿਲਦੇ ਹਾਂ। 9 ਵੱਜ ਚੁੱਕੇ ਨੇ, ਅਸੀਂ ਪਹਿਲਾਂ ਮੱਥਾ ਟੇਕਣ ਚੱਲੇ ਹਾਂ ਗੋਰਖ ਟਿੱਲੇ ਦੇ, ਠੀਕ ਹੈ ਜੀ। ਉੱਥੇ ਅੰਦਰ ਵੀਡੀਓ ਨਹੀਂ ਬਣਾਉਣਾ ਦਿੰਦੇ, ਪਰ ਤੁਹਾਨੂੂੰ ਬਾਹਰਲੀ ਲੁੱਕ ਦਿਖਾਉਂਦੇ ਉਹਦੀ ਕਿਵੇਂ ਦੀ ਆ, ਠੀਕ ਹੈ ਜੀ। 2 ਬੰਦੇ ਸਾਡੇ ਪਿੱਛੇ ਰਹਿ ਗਏ, ਪ੍ਰਸ਼ਾਦਾ ਜਗ੍ਹਾ ਲੱਗ ਗਏ, ਲੰਗਰ ਖਾਣ ਲੱਗ ਗਏ ਉਹ। ਅਸੀਂ ਕਿਹਾ ਪਹਿਲਾਂ ਮੱਥਾ ਟੇਕ ਲਈਏ, ਫਿਰ ਪ੍ਰਸ਼ਾਦਾ ਚੱਕਦੇ ਹਾਂ, ਠੀਕ ਹੈ ਜੀ। ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ, ਗੋਰਖ ਟਿੱਲੇ ਆ ਗਏ ਅਸੀਂ। ਆ ਦੇਖੋ ਲੰਗਰ ਚੱਲਦਾ ਪਿਆ, ਆ ਗੇਟ ਆ ਜੀ ਗੋਰਖ ਟਿੱਲੇ ਦਾ। ਦੇਖੋ ਲੰਗਰ ਲੱਗੇ ਹੋਏ ਨੇ ਥਾਂ ਥਾਂ 'ਤੇ, ਬਹੁਤ ਸਾਰੇ ਸੰਗਤ ਦੇਖੋ ਕਿੰਨੀ ਆਈ ਹੋਈ ਹੈ ਜੀ, ਉਹ ਪਰਾ ਪਰਾ ਤੱਕ। ਅੰਦਰ ਇਹ ਵੀਡੀਓ ਬਣਾ ਨਹੀਂ ਦਿੰਦੇ, ਕਿਉਂਕਿ ਕੱਲ੍ਹ ਰਾਤ ਮੈਂ ਮੱਥਾ ਟੇਕ ਗਿਆ ਸੀਗਾ, ਦਿਖਾਉਣਾ ਰਹਿ ਗਿਆ ਸੀਗਾ। ਹਾਂ ਹਾਂ, ਪੈਟੀ ਲੱਗੀ ਹੋਈ, ਖਾ ਕੇ ਜਾਵਾਂਗੇ ਪੈਟੀ ਵੀ। ਪੈਟੀਆਂ ਪੂਰੀਆਂ ਸਾਰਾ ਕੁਛ ਲੱਗਿਆ ਹੋਇਆ ਉਹਨੇ, ਉਹ ਸੈਲਫੀ ਸਟਿਕ ਲੱਗੀ ਹੋਈ ਆ ਮੈਨੂੰ ਲੱਗਦਾ। ਆਈਸ਼ ਭੀੜ ਦੇਖੋ ਤੁਸੀਂ ਕਿੰਨੀ ਆ, ਉੱਥੇ ਲੋਕ ਕੱਦ ਲਈ। ਆ ਦੇਖੋ ਜੀ, ਤਾਹਾਂ ਤੋਂ ਤਾਹਾਂ ਤੱਕ ਲੋਕ ਬੜੇ ਦੂਰ ਤੋਂ ਆਏ ਨੇ। ਹੈਂ, ਗੱਡੀ ਲਿਆਉਣੀ ਸੀ, ਗੱਡੀ ਲਿਆਉਣੀ ਸੀ। ਲਓ ਜੀ, ਬਾਪੂ ਜੀ ਆਪਣਾ ਬੰਦਾ ਦਲੇਰ ਆ, ਸਾਰਾ ਕੰਮ ਕਰੀ ਜਾਂਦੇ ਨੇ। ਉੱਪਰ ਜਿਹੜੀਆਂ ਉੜਦੀ ਚਿੜੀਆਂ ਪਤਾ ਨਹੀਂ ਬਾਜ ਨੇ, ਉਹ ਦੇਖੋ ਜਿਵੇਂ ਹਰਿਦੁਆਰ 'ਚ ਲੋਕ ਆਏ ਹੁੰਦੇ ਇੰਨੇ ਨੇ। ਹੁੱਕਾ ਉਰੇ ਟਰੈਕਟ ਚੱਲਦਾ, ਸਿੱਧਾ ਹੀ ਹੁੱਕਾ ਚੱਲਦਾ ਉਰੇ।
ਸੜਕਾਂ ਤੇ ਸਾਰੇ ਆਮ ਹੁੱਕਾ ਉਹ ਵੀ ਤੁਹਾਨੂੰ ਦਿਖਾਵਾਂਗੇ, ਅੰਗਿੱਠੀਆਂ ਲਾ ਕੇ ਲੋਕ ਬੈਠੇ ਨੇ, ਲੈਣ ਖਾਸੀ ਬੜੀ ਆ, ਕੋਈ ਗੁੱਗੇ ਦਾ ਹਵਨ ਦਿੰਦੇ ਨੇ। ਸਵੇਰੇ ਪਹਿਲਾਂ ਖਾਣ ਲੱਗਾ ਪੈਟੀ, ਆਂਟੀ ਜੀ ਆਹ ਚਨੇ ਵੀ ਮਿਲਦੇ ਨੇ ਵੀ 20 ਰੁਪਏ ਦੇ, ਪੈਟੀ ਦੇਖੋ 20 ਰੁਪਏ ਦੀ ਕਿੱਡੀ ਬੜੀ ਆ, ਹਲੇ ਸਾਡੀ ਏਡੇ ਏਡੀ ਕੁ ਪੈਟੀਆਂ ਮਿਲਦੀਆਂ, ਛੋਟੀ ਛੋਟੀ ਪੈਟੀ ਦੇਖੋ ਤੁਸੀਂ ਕਿੱਡੀ ਬੜੀ ਆ, ਆਂਟੀ ਗਰਮ ਕਰਕੇ ਦਊਗੀ ਨਾਲ ਇਹ ਚਨੇ, ਇੱਥੇ ਪੈਟੀ ਗਰਮ ਹੋ ਜਾਣੀ ਆ। ਆ ਗਈ ਆਂਟੀ, ਆ ਕੀ ਚੀਜ਼ ਆ? ਆਲੂ ਆ, ਆਲੂ ਦੀ ਪਿੱਠੀ, ਆ ਟਿੱਕੀ ਛੋਟੀ ਛੋਟੀ ਟਿੱਕੀ, ਹੁਣ ਇੱਥੇ ਆਉਣੀ ਆ ਪੈਟੀ ਗਰਮ, ਖੈਰ ਮੈਂ ਲਾਤਾ ਚੱਕ, ਸਾਡੇ ਓਵਨ 'ਚ ਕਰਕੇ ਦਿੰਦੇ ਨੇ ਇੱਥੇ ਇਹਨਾਂ ਨੇ ਤਵੇ ਤਵੇ ਵਾਲੀ ਪੈਟੀ, ਆ ਲਓ ਜੀ ਤੇਲ, ਦੇਸੀ ਘੀ ਲਾਤਾ ਪੈਟੀ ਨੂੰ, 20 ਰੁਪਏ ਦੀ ਪੈਟੀ, ਵਾਹ ਜੀ ਵਾਹ, ਮਸਾਲਾ ਭੁੱਕਿਆ ਹੋਇਆ ਦੇਸੀ ਘੀ ਲਾਇਆ ਹੋਇਆ 20 ਰੁਪਏ 'ਚ, ਆਹ ਚਟਣੀ ਆ, ਪੈਟੀ ਬੜੀ ਸਵਾਦ ਆ, A1 ਪੈਟੀ ਆ ਦੇਖੋ, ਆ ਜੀ ਪੈਟੀ ਤਿਆਰ ਕੀਤੀ ਆ 20 ਰੁਪਏ ਦੀ, ਸਾਡੇ ਸ਼ਹਿਰ 'ਚ ਤਾਂ ਐਡੀ ਛੋਟੀ ਜਿਹੀ ਪੈਟੀ ਮਿਲਦੀ ਆ ਦੇਖੋ, 20 ਰੁਪਏ ਦੀ ਪੈਟੀ ਆ, ਖਾ ਕੇ ਦੱਸ ਦਿਆ ਕਿੱਦਾਂ ਦੀ ਆ, ਮਸਾਲੇ ਮਸੂਲੇ ਭੁੱਕ ਕੇ ਦਿੱਤੀ ਹੋਈ ਆ ਪੈਟੀ, ਬੜੀ ਘੈਂਟ ਪੈਟੀ ਆ, ਕਰਾਰੀ ਨਜ਼ਾਰਾ ਆ ਗਿਆ, ਦੇਸੀ ਘੀ ਲੱਗਿਆ ਹੋਇਆ ਪੈਟੀ 'ਤੇ, A1 20 ਰੁਪਏ ਦੀ ਪੈਟੀ, ਖੰਨਾ ਸ਼ਹਿਰ ਫੇਲ ਆ ਸਾਡਾ, ਇਹਦੇ ਬੜੀ ਸਵਾਦ ਸੀਗੀ, ਐਡੀ ਠੰਡ ਦੇ ਵਿੱਚ ਕੋਕ ਪੀ ਰਿਹਾ ਬਿਮਾਰ ਬੰਦਾ ਪਹਿਲਾਂ ਹੀ ਆ, ਉਹ ਤਾਂ ਕੋਕ ਪੀ ਰਹੇ ਆ, ਜਿੰਦਾਬਾਦ। ਲੱਗਿਆ ਹੋਇਆ ਭਟੂਰੇ ਛੋਲੇ ਕੀ ਆ, ਆਹ ਦੇਖੋ ਹੁਣ ਅਸੀਂ ਲੰਗਰ ਆ ਭਟੂਰੇ ਭਟੂਰੇ, ਉਹ ਦੇਖੋ ਬਣਦੇ ਪਏ ਲੰਗਰ ਦੇ ਵਿੱਚ ਖੜੇ ਹਾਂ ਅਸੀਂ ਅਜੇ, ਆਹ ਦੇਖੋ ਇੱਕ ਇੱਕ ਭਟੂਰਾ ਮਿਲੂ ਸਾਰਿਆਂ ਨੂੰ, ਇੱਕ ਇੱਕ ਭਟੂਰਾ ਦੇਖ ਰਿਹਾ, ਸਵਾਦ ਆ ਦੇਖਣ 'ਚ ਸਵਾਦ ਲੱਗਦਾ, ਆਹ ਲਓ ਜੀ ਭਟੂਰੇ ਦਾ ਲੰਗਰ, ਇੱਧਰ ਤਾਜ਼ਾ ਬਣਦਾ ਇੱਧਰ ਬਣਦੇ ਪਏ, ਆ ਲਓ ਜੀ ਹੈਗਾ ਭਟੂਰਾ, ਲੰਗਰ ਲੱਗਿਆ ਹੋਇਆ ਭਟੂਰੇ ਦੇ, ਆ ਚਣਿਆਂ ਦਾ ਬੜਾ ਸਵਾਦ ਆ, ਮਟਰ ਨਹੀਂ ਹੈਗੇ, ਮਟਰ ਨੇ ਮਟਰਾਂ ਦੀ ਲੱਗੇ ਚਣੇ ਨੇ, ਸਵਾਦ ਆ ਪਰ ਠੰਡੇ ਨੇ, ਪਰ ਠੰਡ ਵੀ ਵੱਧ ਆ।
ਸਵਾਦ ਆ ਜੀ। ਇੰਜੋਏ ਕਰੋ, ਵਲੌਗ ਵੀ ਇੰਜੋਏ ਕਰਿਓ। ਤੁਹਾਨੂੰ ਹੁਣ ਊਂਠ ਅਤੇ ਊਂਠਣੀ ਨਾਲ ਮਿਲਾਉਣਾ, ਠੀਕ ਹੈ ਜੀ। ਆਹ ਸਾਹਮਣੇ ਖੜ੍ਹੇ ਐਕਸ਼ਨ ਮਾਰਦੇ ਨੇ, ਸਾਡੇ ਐਕਸ਼ਨ ਦਿਖਾਉਂਦਾ ਵੀਰ, ਐਕਸ਼ਨ ਕਿਵੇਂ ਖੜ੍ਹਾ ਐ ਬਹੁਤ ਅਲੱਗ ਜਿਹੇ ਸਟਾਈਲ ਨਾਲ ਖੜ੍ਹਾ ਜੀ ਇਹ। ਆਹ ਦੇਖੋ ਜੀ, ਝੱਗ ਕੱਢੀ ਪਈ ਆ ਮੂੰਹ 'ਚੋਂ ਵਿਚਾਰਿਆਂ ਨੂੰ, ਥਕਾ ਤਾਂ ਇਹਨਾਂ ਨੂੰ, ਰੈਂਟ ਵੀ ਦੇ ਦਿਆ ਕਰਾ ਦੇ, 24 ਘੰਟੇ ਕੰਮ ਕਰਾਉਣਾ ਇਹਨਾਂ ਤੋਂ, ਰੈਸਟ ਚਾਹੀਦਾ ਇਹਨਾਂ ਨੂੰ, ਜਾਨਵਰਾਂ ਨਾਲ ਧੱਕਾ ਇੱਥੇ। ਝੱਗ ਕੱਢੀ ਹੋਈ ਆ ਮੂੰਹ, ਹੈ ਨਾ, ਝੱਗ ਕੱਢੀ ਹੋਈ ਆ ਊਂਠਾਂ ਤੋਂ, ਜ਼ਬਰਦਸਤੀ ਕੰਮ ਕਰਾਉਂਦੇ ਨੇ। ਦਿਸ ਇਜ਼ ਨੋਟ ਇਲੀਗਲ, ਇਲੀਗਲ ਨਹੀਂ, ਇਲੀਗਲ। ਮੂਹਰੇ ਹੋ ਗਏ, 50 ਰੁਪਏ ਟਿਕਟ ਆ ਜੀ, 75 ਸਕਿੰਟ ਲੰਘਣਾ, 500 ਰੁਪਏ ਇਨਾਮ ਦੇਖਦੇ ਆ। ਕਰਦਾ ਕਿ ਨਹੀਂ 75 ਸਕਿੰਟ, 500 ਰੁਪਏ ਤੋਂ ਖੋ ਲੈਣਾ ਫਿਰ ਚਿੱਤੂਗਾ, ਕੋਈ ਹੋਰ ਖੋਵਾਂਗੇ ਕੋਈ ਹੋਰ, ਠੀਕ ਨੀ, ਖੋ ਕੇ ਲੈਣ ਵਾਲੇ ਤੋਂ 500 ਰੁਪਇਆ, ਪਤਾ ਨੀ ਲੱਗਣਾ ਕਿੱਥੇ ਕੋਈ ਗਿਆ। ਸਾਰੇ ਇਕੱਠੇ ਹੋ ਜਾਓ ਇੱਕ ਵਾਰੀ 'ਚ, ਠੀਕ ਨੀ, 500 ਦਾ 500 ਲੈ ਜਾਣਾ, ਹੌਸਲਾ ਕੀ ਦੇਣਾ ਬਾਈ, ਦੱਸ ਹੋ ਗਿਆ, ਜਿੱਤ ਗਿਆ, ਕਿੰਨੇ ਹੋ ਗਏ, ਨਹੀਂ 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 ਰੁਕ ਜਾ ਰੁਕ ਜਾ, ਬੇਚਾਰਾ। ਚਲੋ ਦੇਖਦੇ ਅੱਗੇ, ਅੱਜ ਲੱਗਾ ਪਕੌੜੇ ਦਾ ਲੰਗਰ ਨਾਲ ਚਾਹ, ਬਾਪੂ ਜੀ ਚਾਹ ਪੀਣ ਲੱਗੇ ਨੇ, ਥਰਡ ਟਾਈਮ, ਤੀਸਰੀ ਵਾਰ ਚਾਹ ਪੀਣ ਲੱਗੇ। ਇੱਕ ਹੋਰ ਚੜ ਗਿਆ ਉੱਥੇ, ਉੱਥੇ ਕੋਈ ਨਹੀਂ, ਪਕੌੜੇ ਲੈਣੇ, ਘੋੜੇ ਚੜ੍ਹਦੇ ਨੇ, ਦੇਖੋ ਉਰੇ ਸਾਰੇ ਕਿਤੇ ਤੁਹਾਨੂੰ ਘੋੜੇ ਘੋੜੀ ਮਿਲਣਗੇ, ਆਹ ਨੀਲੇ ਰੰਗ ਦੇ ਘੋੜੇ ਚੜ੍ਹਦੇ ਨੇ ਉਰੇ, ਹਰ ਕਿਤੇ ਆਹ ਲੱਕੜ ਵਾਲੀ ਹਰ ਕਿਤੇ ਰਾਹ 'ਚ ਮਤਲਬ ਮਿਲੂਗੀ ਮਿਲੂਗੀ, ਇੱਥੇ ਤੁਸੀਂ ਆਉਂਗੇ ਹਰ ਕੋਈ ਬੰਦਾ ਹੁੱਕਾ ਮਿਲਦਾ, ਹੁੱਕਾ ਪੀਂਦਾ ਮਿਲੂਗਾ ਹਰ ਇੱਕ ਮੋੜ 'ਤੇ, ਆ ਦੇਖੋ ਇੱਕ ਲੱਕੜ, ਬਾਪੂ ਝਿਰੀ ਦਾ ਤੀਸਰਾ ਕੱਪ ਚਾਹ ਦਾ, ਠੰਡ ਬਹੁਤ ਆ, ਪਹਿਲੀ ਬੰਦਾ ਟਲਦਾ ਕਿਤੇ, ਮੁਰਗੀ ਦੋ ਤਾਂ ਨਕਲੀ ਚੱਕੀ ਫਿਰਦਾ, ਕੱਛੇ ਚਨਾ ਪੜ੍ਹਦੀ ਭਗਵਾਨ ਨੇ ਹਰ ਚੀਜ਼ ਕਾ ਜੋੜਾ ਬਣਾਇਆ ਹੈ, ਔਰ ਦੇਖੋ ਸਾਪੋ ਕਾ ਵੀ ਜੋੜਾ ਹੈ, ਰੁੱਲੇ ਬਈ ਆਰਾਮ ਆਰਾਮ ਸੇ ਚਲੋ, ਦੇਖ ਲੋ ਜੀ ਸਪਨੀ ਹੈ ਆਪਣੇ ਬੱਚੋਂ ਕੋ ਕੈਸੇ ਦੁੱਧ ਪਿਲਾਏਗੀ, ਅੰਦਰ ਚਲੋ, ਹਾਂ ਹਾਂ ਆਪ ਆ ਗਈ, ਦੇਖ ਲੈ ਜੀ ਖਲਬੋ, ਦੇਖ ਲੋ
करीब होके देखो दूर से नहीं दिखेगा भाई, भाई, भाई। मैं बाहर निकालता हूँ सर, बाहर देखो ए ले भाई बाहर आ जा, निगाह लगा लो सारे बंदे देख लो एकदम। इस सांप को मैंने कल निकाला था भाई साहब, एक आदमी के दांत लगा दिया, 11 आदमी बेहोश हो गए। सांप खतरनाक है, ए बाहर आ जा। हाँ सर जी देखो बाहर आएगा, देखो गड़बड़ नहीं कर भाई, दांतों से टोकरी ना पकड़, आराम आराम से बाहर आ जा, बाहर आ जाना, बाहर दौड़ी जाना, बाहर निकली जाना, बाहर आ जाना। हेलो देखो ये कितनी लगी हुई है, तू भाई कहते निकल कर ना बाहर, देखो जड़ी नहीं सुनाई, चोले की मोले की खूंटी लगाऊंगा, नोइला देखो बाहर आएगा, ए ले भाई बाहर निकले, देख लो रास्ता निकालूंगा, देखो बाहर, ए ले भाई बाहर आ जा, हेलो बेटा बाहर निकाल दो, निकाल दो, देखो मैं बाहर निकालता हूँ, निकालो पुच्छी गड़ के बाहर, पुच्छी बगल ले बेटा, मुंडी नहीं मुंडी नहीं मुंडी नहीं, बस पशु का रुक गया, बस सांप को बेटा थोड़ा पानी पिला दो, पानी पिला दो, दूध मंगा दू, तालियां बजाओ, तालियां बजाओ, देखो दूध आएगा सारे बंदे, देखो ये क्या चीज है, मिट्टी है ना, सभी आदमी एकदम देखो कलाकारी, देखो रंग लगाया मिट्टी को या फेंक दिया, इसी मिट्टी को उठाया, देख लो सारे बंदे देख लो एकदम, ए या बाबा छोड़ दो दूध के लिए पैसा, घूस बोल दो, घूस घूस, तालियां बजाओ, तालियां बजाओ यार, इतना है, एक है दो बना दो, दो हो जाना, दो बन जाना, सारे बंदे देख लो, जो बंदा मेरी चालाकी फड़के बताएगा उसको 50 रुपया इनाम का मिलेगा, देख लो बस सारी, दो जाना, तीन बार ऐसे घुमा दूंगा और देखो मैं 2 रुपया बना दूंगा, नहीं अभी देखो सिक्का एक ही है, कुछ नहीं है, कुछ ना ही चीज़ कुछ नहीं है गाइस, और क्या टाइम वेस्ट ही, आया तेरा साप बना था, आया लिया तेरे 10 रुपए गड्डा, हुण असीं पिचकू खाण जा रहे हैं, गोल गप्पे नूरे पिचकू कहिंदे ने, बापू जी ठंड विच जिहड़ा समान बंद किया होया साडा उही असीं खाण चले हां, पिचकू खाणे आ पिचकू, 10 के 12 आ देखो पानी, ਪਾਂਚ 10 के 5 ਪਿਚਕੂ, ਇਹਨੂੰ ਪਿਚਕੂ ਕਹਿੰਦੇ ਆ, ਸਾਡੇ ਗੋਲ ਗੱਪੇ ਕਹਿੰਦੇ ਨੇ, ਜ਼ਿਆਦਾ ਮਿਰਚਾਂ ਨਾ ਪਈ, ਓਹੋ ਇਹ ਦੇਖੋ ਜੀ, ਆਹਾ ਕਿਆ ਬਾਤ ਆ, ਮਸਾਲੇ ਮਸੂਲੇ ਲਾ ਕੇ ਕਿੱਥੇ ਆ, ਆਹ ਕੋਈ ਆ, ਤੁਸੀਂ ਉਹ ਤੁਸੀਂ ਉੱਥੇ ਬੈਠੇ ਸੀ, ਮੈਂ ਤੁਹਾਨੂੰ ਦੇਖੀ ਜਾਂਦਾ ਕਿਤੇ ਲੱਭ ਹੀ ਨਹੀਂ ਰਿਹਾ, ਇਹ ਹੁਣ ਜੀ ਪਿਚਕੂ, ਇਹ ਉੱਪਰ ਦੋਵੇਂ ਜਣੇ ਬੈਠੇ, ਦੇਖੋ ਸਾਰੀ ਜਗ੍ਹਾ ਅਲੱਗ ਅਲੱਗ ਨਾ, ਸਾਡੇ ਗੋਲ ਗੱਪੇ ਕਹਿੰਦੇ ਨੇ, ਇੱਥੇ ਇਹਨਾਂ ਨੂੰ ਪਿਚਕੂ ਕਹਿੰਦੇ ਨੇ, ਆਹ ਦੇਖੋ ਤਿਆਰ ਕਰਨ ਲੱਗਿਆ, ਥਿਸ ਇਜ਼ ਅ ਵਾਟਰ, ਉੱਥੋਂ ਮੱਥਾ ਟੇਕ ਕੇ ਨਿਕਲਿਆ, ਤੂੰ ਕਿੱਥੇ ਆ, ਪਦੀਨੇ ਵਾਲਾ ਪਾਣੀ ਲੱਗਦਾ 10 ਰੁਪਏ ਦੇ 5,
ਕਿਹੜੀ ਕਿੱਥੇ ਕੋ 10 ਰੁਪਏ ਦੇ 5 ਸਾਡੇ ਪਤਾ ਕਿੰਨੇ ਮਿਲਦੇ 10 ਰੁਪਏ ਦੇ 2 ਸਾਡੀ ਜਗ੍ਹਾ ਜ਼ਿਆਦਾ ਮਹਿੰਗੀ ਹੈ ਫਿਰ ਇਹਦਾ ਮਤਲਬ ਹੁਣ ਤਾਂ ਅੱਧੇ ਦੋ ਨਾ ਕਰਦੀ ਉਰੇ ਪਹੁੰਚਣ ਵਾਲੇ ਆ ਉਹ ਤੋਂ ਅੱਗੇ ਜਾ ਕੇ ਇੱਕ ਸ਼ਹਿਰ ਹੋਰ ਆ ਉੱਥੇ 10 ਰੁਪਏ ਦਾ 1 ਮਿਲਦਾ ਉਹ ਅਸੀਂ ਤੈਨੂੰ ਦੇਖਦੇ ਰਹੇ ਤੂੰ ਅੱਗੇ ਨਿਕਲ ਗਿਆ ਜ਼ਿਆਦਾ ਜੀ ਇੱਥੇ ਮੱਥਾ ਟੇਕਣ ਲੱਗੇ ਟੇਸਟ ਕਰਕੇ ਦੱਸਣਗੇ ਕਿੱਦਾਂ ਦੇ ਆ ਤੁਸੀਂ ਉੱਥੇ ਨਾ ਨਾ ਬਾਹਰ ਦੇਖ ਲਾ ਕਹਿ ਜਾ ਪਾਣੀ ਮਿੱਠਾ ਕਾ ਖੱਟਾ ਮਿੱਠਾ ਮਿੱਠਾ ਬਾਈ ਮਿੱਤਰੋ ਅੱਜ ਦਾ ਵਲੌਗ ਉਰੀ ਖਤਮ ਹੁੰਦਾ ਹੁਣ ਅਸੀਂ ਚੱਲੇ ਹਾਂ ਘਰੇ ਗੱਡੀ ਹੈਗੀ ਆ ਬੋਲਟ ਬੋਲਟ ਗੱਡੀ 'ਚ ਆਇਆ ਬੁਲਟ ਵਾਂਗੂ ਆਇਆ ਪੂਰੀ 100 ਦੀ ਸਪੀਡ ਤੋਂ ਘੱਟ 80 ਦੀ ਸਪੀਡ ਤੋਂ ਵੀ ਘੱਟ 60 ਦੀ ਸਪੀਡ 'ਤੇ ਠੀਕ ਹੈ ਜੇ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ